ਸਤਿ ਸ਼੍ਰੀ ਅਕਾਲ, ਵੈਲਕਮ ਟੂ ਅਵਰ ਯੂਟਿਊਬ ਚੈਨਲ। ਅੱਜ ਅਸੀਂ ਲੁਧਿਆਣੇ ਵਿੱਚ ਨਈਅਰ ਵੈਲੀ ਜਿੱਥੇ ਖਾਲਸਾ ਏਡ ਵੱਲੋਂ ਕਰਵਾਈ ਜਾ ਰਹੀ ਮੈਰਾਥਨ ਉੱਥੇ ਆਏ ਹਾਂ। ਸੋ ਕੈਮਰੇ ਪਿੱਛੇ ਸਾਡੇ ਡੀ ਓ ਪੀ ਸਾਹਿਬ ਗੈਰੀ ਡਿਡਵਾਲ। ਸੋ ਇੰਜੋਏ ਦ ਵਲੌਗ। Don't you know, I fell for fool's gold, I fell for fool's gold. What did I know, what did I know? I fell for fool's gold, I fell for fool's gold. For love, yes, I did it all for love. Oh, they say fools believe in it, so I guess I'm one of them. Oh, don't you know, I fell for fools gold, I fell for fools gold. What did I know, what did I know? I fell for fools gold, I fell for fools gold. What did I know, what did I know? And you a fool's gold. Oh my God, yes I did. ਬਈ ਮਹਾਰਾਜ ਨਾ ਮੈਂ ਨਾ ਦੌੜਦਾ ਸੀ ਨਾ ਦੌੜ ਗਿਆ। ਮੇਰੀ ਕਿਤਾਬ ਲਿਖੀ ਹੋਈ ਆ ਸਾਰੀ ਦੁਨੀਆ ਦੇ ਅੱਜ ਨਾ ਰਾਜੇ ਦੀ ਲਿਖੀ, ਉਹਨੇ ਮੇਰੀ ਪਹਿਲਾਂ ਦੀ ਲਿਖੀ ਹੋਈ ਆ। ਮੇਰਾ ਆਪਣੇ ਆਪ 'ਚ ਨਹੀਂ, ਮੇਰਾ ਉਹ ਰੱਬ 'ਚ ਆ। ਮੈਂ ਇਹ ਸੋਚਦਾ ਹਰ ਕੋਈ ਆਦਮੀ ਜਿਹੜਾ ਕੋਈ ਕੰਮ ਕਰਦਾ ਹੈ ਨਾ, ਉਹਦੇ ਨਾਲ ਦਾ ਕੋਈ ਕੰਮ ਕਰੇ ਉਸ 'ਤੇ ਖੁਸ਼ ਹਾਂ। ਮੈਂ ਤਾਂ ਅੱਜ ਇੰਨਾ ਖੁਸ਼ ਹਾਂ ਵੀ ਦੇਖੋ ਕਿੰਨੀ ਪਬਲਿਕ ਵਾ ਇਸ ਕੰਮ 'ਤੇ ਲੱਗੀ ਆ। ਦੋ ਆ ਪੰਜਾਬ ਨੂੰ ਬਾਹਰ ਜਾਣ ਵਾਲੀਆਂ ਚੀਜ਼ਾਂ, ਹੋਰ ਕੋਈ ਚੀਜ਼ ਨੇ ਟੂਣੇ ਮੂਣੇ ਲਿਜਾਣ ਵਾਲੇ। ਇੱਕ ਸਿਹਤ, ਇੱਕ ਵਿੱਦਿਆ, ਇੱਕ ਪੜ੍ਹਾਈ ਦਾ ਸਿਹਤ, ਦੋ ਪੰਜਾਬ ਨੂੰ ਅੱਗੇ ਲਿਜਾਣ ਵਾਲੀਆਂ ਚੀਜ਼ਾਂ ਆ। ਹੋਰ ਕੋਈ ਨਹੀਂ, ਹੋਰ ਸਭ ਚੌਦਾਂ ਫੁਲਕੀ ਆ, ਹੋਰ ਕੋਈ ਚੀਜ਼ ਨਹੀਂ। ਸਾਨੂੰ ਇਹ ਵੀ ਦੱਸੀਏ ਗੱਲ, ਪੰਜਾਬ ਦੇ ਵਿੱਚ ਦੇਖੋ ਮੈਂ ਇਹ ਨਹੀਂ ਕਹਿੰਦਾ ਮੇਰੇ ਪੰਜਾਬੀਆਂ ਜਿੱਥੇ ਮੁਲਕ 'ਚ ਗਿਆ ਕੋਈ ਮੁਲਕ ਨੁਕਿਆ ਰਹਿ ਗਿਆ ਹੋਊ। ਮੈਂ ਸਾਰਿਆਂ ਮੁਲਕਾਂ 'ਚ ਦੌੜਿਆ, ਗਰਮੀਆਂ ਨੂੰ ਠੰਡ ਹੋਣੀ ਤਾਂ ਗਰਮ ਮੁਲਕਾਂ 'ਚ ਚੱਲ ਜਾਣਾ। ਪੰਜਾਬੀਆਂ ਨੇ ਮੇਰੀ ਮਦਦ ਕੀਤੀ, ਡੱਕ ਕੇ ਗੋੜੇ ਕਰਨ ਲੱਗੇ ਆਉਣ ਦਿੰਦੇ ਆ, ਤਾਂ ਕਾਲੇ ਉਹਨਾਂ ਦਾ ਰਾਜ ਹੈ, ਕਾਲਿਆਂ ਨੂੰ ਉਹ ਲੈਂਦੇ ਆ, ਸਾਡਿਆਂ ਨੇ ਆਏ ਤਾਂ ਫੁੱਟਬਾਲ ਵੀ ਨਹੀਂ ਲੈਂਦੇ। ਗੋਰਿਆਂ ਜ਼ੋਰ ਨਾਲ ਜਿਹੜੇ ਫਿਰ ਗੋਰਿਆਂ ਦੇ ਆ ਬੇ ਪਲੇਅਰ ਆ ਸਾਡਾ ਬੰਨਾ ਜਿਹੜੇ ਸਿੱਖਾਂ ਨੂੰ ਜੋੜਦਾ ਆ। ਹਰ ਇੱਕ ਥਾਂ ਸਿੱਖ ਬੈਠੇ ਹੋਏ ਆ, ਸਿੱਖਾਂ ਨਾਲ ਕਿਰਾਇਆ ਲੈ ਕੇ ਗਏ ਇੱਥੋਂ, ਜਿਹੜੇ ਐਸੇ ਰਾਜੇ ਬਣੇ ਉੱਥੇ ਕਿਰਾਇਆ ਮੰਗ ਕੇ ਲਗਾ ਕੇ ਬਜ਼ੁਰਗ ਜੀਂਦੇ ਆ। ਜਿਹਨ ਦੋ ਦੋ ਹਜ਼ਾਰ ਭਾਂ ਬਾਗ ਆ ਪੈਦਾ ਖੋਜੀਆਂ ਦੇ ਵਿੱਚ ਜਿਹਦੇ ਰਹਿੰਦੇ ਆ। ਔਰ ਲੁਧਿਆਣਾ ਪੰਜਾਬ ਦਾ ਦਿਲ, ਔਰ ਦਿਲ ਧੜਕ ਰਿਹਾ ਪੂਰੀ ਤਾਕਤ ਨਾਲ। ਬਸ ਫਿਰ ਇੱਕ ਵਾਰ ਉਹੀ ਹੁੰਦਾ, ਪਿਛਲੇ ਸਾਲ ਵੀ ਤੁਹਾਨੂੰ ਸ਼ਾਇਦ ਯਾਦ ਹੋਏਗਾ, ਫਿਰੋਜ਼ਪੁਰ ਰੋਡ 'ਤੇ ਮੈਂ ਗਈ ਸੀ ਕਿ ਦੁਨੀਆ ਦੇ ਵਿੱਚੋਂ ਹਜ਼ਰਤ ਮੁਹੰਮਦ ਰਸੂਲਲਾ ਨੇ ਜਦ ਛੂਆਛੂਤ ਖਤਮ ਕਰਨ ਦਾ ਹੁਕਮ ਦਿੱਤਾ। ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਪ੍ਰੈਕਟੀਕਲੀ ਜਿਹੜਾ ਕੰਮ ਕੀਤਾ ਉਹ ਕਿਤੇ ਹੋਰ ਵੇਖਣ ਨੂੰ ਨਹੀਂ ਮਿਲਦਾ। ਆਓ ਮਿਲ ਕੇ, ਭਾਵੇਂ ਕੋਈ ਕਿਸੇ ਧਰਮ ਦਾ ਹੋਵੇ, ਜ਼ਾਤ ਦਾ ਹੋਵੇ, ਬਰਾਦਰੀ ਦਾ ਹੋਵੇ, ਨਸਲ ਦਾ ਹੋਵੇ, ਕਿਸੇ ਵੀ ਰੰਗ ਦਾ ਹੋਵੇ, ਛੂਆਛੂਤ ਨੂੰ ਖਤਮ ਕਰਕੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਮਿਲਾਈਏ, ਤਾਂ ਫਿਰ ਪੰਜਾਬੀ ਗਵਾਈਏ। ਇਨਸ਼ਾ ਭਾਈ ਪਰਮਪਾਲ ਸਿੰਘ ਜੀ,
ਲਗਾਤਾਰ ਕਿਉਂਕਿ ਬੜੇ ਸ਼ਾਹ ਇਮਾਮ ਸਾਹਿਬ ਅੱਜ ਕੱਲ੍ਹ ਕੋਈ ਢਿੱਲੇ ਨੇ ਅਤੇ ਲਗਾਤਾਰ ਉਹਨਾਂ ਦੀ ਜਗ੍ਹਾ ਪ੍ਰੋਗਰਾਮਾਂ 'ਚ ਆ ਰਹੇ ਅੱਜ ਆਉਣ ਦਾ ਇਰਾਦਾ ਕੋਈ ਨਹੀਂ ਸੀ ਇਹਨਾਂ ਦੇ ਸਵੇਰੇ ਫੋਨ ਫੜ ਕੇ ਅਤੇ ਮੈਂ ਖੜਕਦਾ ਖੜਕਦਾ ਤੁਹਾਡੇ ਕੋਲ ਪਹੁੰਚ ਗਿਆ ਅਤੇ ਭਾਈ ਪਰਮਪਾਲ ਸਿੰਘ ਜੀ ਅਤੇ ਖਾਲਸਾ ਏਡ ਦੀ ਸਾਰੀ ਜਿਹੜੀ ਟੀਮ ਹੈ ਇਹ ਵਧਾਈ ਦੇ ਪਾਤਰ ਤਾਂ ਵੀ ਨੇ ਕਿਉਂਕਿ ਇਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਇਨਸਾਨੀਅਤ ਦਾ ਪੈਗਾਮ ਦਿੱਤਾ ਹੈ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਲੁਧਿਆਣੇ ਵਾਲਿਆਂ ਨੂੰ ਕਿ ਆਪਾਂ ਰਲ ਮਿਲ ਕੇ ਪੰਜਾਬ ਦੀ ਧਰਤੀ ਤੋਂ ਫਿਰਕਾ ਪ੍ਰਸਤੀ ਦੇ ਬਜਾਏ ਮੁਹੱਬਤ ਦਾ ਪੈਗਾਮ ਆਮ ਕਰੀਏ ਨਫ਼ਰਤ ਫੈਲਾਉਣਾ ਕੋਈ ਕਮਾਲ ਦੀ ਗੱਲ ਨਹੀਂ ਹੈ ਮੁਹੱਬਤ ਨੂੰ ਆਮ ਕਰ ਦੇਣਾ ਇਹੋ ਕਮਾਲ ਦੀ ਗੱਲ ਬਸ ਇਹਨਾਂ ਹੀ ਅੱਖਰਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ ਔਰ ਇਹ ਕਹਿਣਾ ਚਾਹੁੰਦਾ ਪੰਜਾਬ ਵੱਲੋਂ ਪੂਰੀ ਦੁਨੀਆ ਦੇ ਨਾਂ ਪੰਜਾਬੀਆਂ ਵੱਲੋਂ ਦੁਨੀਆ ਦੇ ਨਾਮ ਕਿ ਕਰੋ ਨਾ ਫਿਕਰ ਜ਼ਰੂਰਤ ਪੜੀ ਤੋ ਹਮ ਦੇਂਗੇ ਕਰੋ ਨਾ ਫਿਕਰ ਜ਼ਰੂਰਤ ਪੜੀ ਤੋ ਹਮ ਦੇਂਗੇ ਲਹੂ ਕਾ ਤੇਲ ਚਿਰਾਗੋ ਮੇਂ